ਐਜੇ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਹੁਣ ਸਕੂਲੋਂ ਆ ਗਿਆ ਸੀ ਗਨੂਰ ਦਾ ਅੱਜ ਫਸਟ ਫਾਈਨਲ ਪੇਪਰ ਸੀਗਾ ਪੰਜਾਬੀ ਦਾ, ਕਹਿੰਦਾ ਬੜਾ ਵਧੀਆ ਹੋਇਆ। ਅਤੇ ਹੁਣ ਰੋਟੀ ਵਗੈਰਾ ਖਾ ਕੇ ਅਤੇ ਗੰਨਾ ਵਗੈਰਾ ਚੂਬ ਲਿਆ ਅਤੇ ਪਾਣੀ ਲੈ ਕੇ ਆਏ ਹਾਂ ਦੋ ਵਾਰੀ, ਅਤੇ ਕਿਉਂਕਿ ਮਿਸਤਰੀ ਲੱਗੇ ਹੋਇਆ ਕੰਧ ਬਣਾਉਣ ਲੱਗੇ ਹੋਇਆ, ਸੁਣ ਖਾਈ ਆ ਜੋ। ਗਾਈਜ਼ ਰੋਟੀ ਵਗੈਰਾ ਖਾ ਲਈ ਆ ਅਤੇ ਹੁਣ ਪੜ੍ਹਦੇ ਹਾਂਗੇ, ਪਹਿਲਾਂ ਵੀ ਪੜ੍ਹ ਰਹੇ ਸੀ ਅਤੇ ਰੋਟੀ ਖਾ ਲਈ ਉਹਦੀ, ਅਤੇ ਪਹਿਲਾਂ ਵੀ ਤੜਕੇ ਖਾ ਰਹੇ ਹਾਂ ਪਰ ਭੁੱਖ ਨਹੀਂ ਵਧੀ, ਅਤੇ ਹੁਣ ਪੜ੍ਹ ਕੇ ਨਹਾ ਕੇ ਆਉਂਦੇ। ਗਾਈਜ਼ ਨਹਾ ਧੋ ਕੇ ਫਰੈਸ਼ ਹੋ ਗਏ ਹਾਂਗੇ ਅਤੇ ਹਨਾ, ਅਤੇ ਹੋਪ ਕਰਦਾ ਸੁਣਾ ਅੱਜ ਦਾ ਵਲੋਗ ਵਧੀਆ ਲੱਗਿਆ। ਕੀ ਸੀ ਅੱਜ ਦੇ ਵਲੋਗ ਦੇ ਵਿੱਚ ਕਿ ਯਾਰ ਮੇਰੇ ਤਾਂ ਖੁਦ ਹੀ ਨਹੀਂ ਯਾਦ ਕੀ ਕੀਤਾ ਯਾਰ, ਟਾਈਮ ਹੀ ਨਹੀਂ ਮਿਲ ਪਾਇਆ। ਅਤੇ ਯਾਰ ਸੁਣ ਦਿਖਾਇਆ ਸੀਗਾ ਵੀ ਹਨਾ ਉਹ ਲਾਈ ਜਾਂਦੇ ਆ ਕੀ ਕਹਿੰਦਾ ਥਾਂ ਸੈੱਟ ਕਰ ਰਿਹਾ, ਉੱਧਰ ਗੇਟ ਬਣੇਗਾ ਹਨਾ, ਤੁਸੀਂ ਰੀਲਸ ਬਣਾਇਆ ਕਰਾਂਗੇ। ਯਾਰ ਟਾਈਮ ਨਹੀਂ ਮਿਲ ਪਾਇਆ ਅੱਜ, ਤਾਂ ਕਰਕੇ ਅੱਜ ਦਾ ਵਲੋਗ ਇੰਨਾ ਛੋਟਾ ਹੋਇਆ। ਅਤੇ ਯਾਰ ਹੋਪ ਕਰਦਾ ਤੁਹਾਨੂੰ ਅੱਜ ਦਾ ਵਲੋਗ ਚੰਗਾ ਲੱਗੇ। ਅਤੇ ਯਾਰ ਬਸ ਜਿਹੜੇ ਸਾਡੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਨੂੰ ਪ੍ਰੈਸ ਕਰਨ ਤਾਂ ਕਿ ਸਾਡੇ ਲੇਟੈਸਟ ਵਲੋਗ ਤੁਹਾਡੇ ਤੱਕ ਪਹੁੰਚਦੇ ਰਹਿਣ। ਅੱਜ ਦੇ ਵਲੋਗ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਫਿਰ ਅਗਲੇ ਵਲੋਗ ਦੇ ਵਿੱਚ।